ਵੇਗਸ ਦਾ ਮੁਕਾਬਲਾ ਜਾਣਦੇ ਆ 7 ਪੁਆਇੰਟ 7 ਗੇਮਾਂ ਚ ਇਲਿਆ ਕੋਵਲਚਕ ਲੈ ਤਾਂ ਇੱਥੇ 1-0 ਜਿੱਤ ਰਹੇ ਸੀ ਮੌਂਟਰੀਅਲ ਤਾਂ ਕਿਹਨੇ ਕਰਨਾ ਗੋਲ ਇੱਥੇ ਟਟਾਰ ਨੇ ਮੌਕਾ ਬਣਾਇਆ ਗੱਲ ਨਹੀਂ ਬਣੀ ਪਰ ਪੱਕ ਬੁੜਕ ਕੇ ਕਿਹਦੇ ਕੋਲ ਆਉਣਾ ਕੋਵਲਚਕ ਹਾਏ ਹਾਏ ਇਲਿਆ ਕੋਵਲਚਕ ਕਮਾਲ ਕਰੀ ਜਾਂਦਾ ਜਦਾ ਇਹ ਮੌਂਟਰੀਅਲ ਚ ਆਇਆ ਇਹ ਪੁਆਇੰਟ ਕਰੀ ਜਾਂਦਾ ਜੀ ਤੇ ਵਧੀਆ ਖੇਡੀ ਜਾਂਦਾ 2-0 ਜਿੱਤ ਰਹੇ ਸੀ ਮੌਂਟਰੀਅਲ ਕੈਨੇਡੀਅਨਸ ਤਾਂ ਲੱਗਦਾ ਸੀ ਸ਼ਾਇਦ ਇਹ ਪੱਕੀ ਜਿੱਤ ਹੋਵੇਗੀ 4-2 ਦੇ ਸਕੋਰ ਦੇ ਨਾਲ ਤੀਜੇ ਪੀਰੀਅਡ ਦੇ ਵਿੱਚ ਨੈਟ ਖਾਲੀ ਵੇਗਸ ਦਾ ਪਰ ਆਖਰੀ ਸਕਿੰਟਾਂ ਦੇ ਵਿੱਚ ਆਖਰੀ ਮਿੰਟਾਂ ਦੇ ਵਿੱਚ ਪੈਚਰੈਡੀ ਨੇ ਗੋਲ ਲੱਭ ਲਿਆ ਪੈਚਰੈਡੀ ਇੱਥੇ ਕੱਲ ਗਿਆ ਗੋਲ 21ਵਾਂ ਗੋਲ ਸੀਜ਼ਨ ਦਾ ਤੇ ਕੁਝ ਸਕਿੰਟ ਹੀ ਰਹਿੰਦੇ ਸੀ ਜਦੋਂ ਇਹ ਗੋਲ ਹੋਇਆ ਪਰ ਹਾਲੇ ਵੀ ਮੌਂਟਰੀਅਲ ਜਿੱਤ ਸਕਦੇ ਸੀ ਪਰ ਇੱਥੇ ਗੱਲ ਹੋ ਗਈ ਰਾਇਲੀ ਸਮਿਥ ਦੇ ਗੋਲ ਮੁਕਾਬਲਾ ਬਰਾਬਰ ਬਿਲਕੁਲ ਜੀ ਸਟੈਸਨੀ ਦਾ ਸ਼ਾਟ ਦੇ ਟਿਪ ਮਾਰੀ ਇੱਥੇ ਸਮਿਥ ਨੇ ਮੁਕਾਬਲਾ ਓਵਰ ਟਾਈਮ ਨੂੰ ਗਿਆ ਜਿੱਥੇ ਪਹਿਲਾਂ ਅਸੀਂ ਦਿਖਾਉਂਦੇ ਹਾਂ ਸਟੈਸਨੀ ਦੇ ਵਿੱਚ ਇੱਥੇ ਪੱਕ ਵੱਜਣਾ ਉਹ ਵੀ ਮੂੰਹ 'ਚ ਤਾਂ ਇਹ ਗੰਭੀਰ ਸੱਟ ਹੋ ਸਕਦੀ ਸੀ ਹੋਣੀ ਵੀ ਆ ਰਣਦੀਪ ਇੱਥੇ ਦੇਖੋ ਪੱਕ ਲੱਗੀ ਮੂੰਹ 'ਚ ਖੂਨ ਵੀ ਨਿਕਲ ਰਿਹਾ ਤੇ ਵਿਚਾਰਾ ਆਪਣੇ ਹੀ ਦੰਦ ਚੱਕ ਰਿਹਾ ਇਸ ਤੋਂ ਕਿਆ ਬਾਤ ਜੀ ਇਹ ਬੜੀ ਮੁੜ ਕੇ ਮੁਕਾਬਲੇ 'ਚ ਨਹੀਂ ਆਇਆ ਸੋ ਉੱਦਾਂ ਤਾਂ ਸ਼ਾਇਦ ਠੀਕ ਹੈ ਪਰ ਮੁਕਾਬਲੇ 'ਚ ਨਹੀਂ ਆਇਆ ਇੱਥੇ ਕੋਵਲਚਕ ਨੂੰ ਮੌਕਾ ਮਿਲਿਆ ਪਰ ਕਿਆ ਬਚਾ ਹਾਏ ਰਣਦੀਪ ਇਲਿਆ ਕੋਵਲਚਕ ਨੂੰ ਇੰਨਾ ਵਧੀਆ ਮੌਕਾ ਮਿਲਿਆ ਬ੍ਰੇਕ ਹੋਏ ਪਰ ਕਰ ਗਿਆ ਇੰਨਾ ਸੋਹਣਾ ਬਚਾ ਕਲਾਸਿਕ ਬਚਾ ਮਾਰਕ ਆਂਡਰੇ ਫਲਰੀ ਤਾਂ ਸ਼ੂਟਆਊਟ ਨੂੰ ਇਹ ਮੁਕਾਬਲਾ ਗਿਆ ਸੀ ਪਹਿਲਾ ਸ਼ੂਟਰ ਮੌਂਟਰੀਅਲ ਦਾ ਉਹੀ ਬੰਦਾ ਜੀ ਇਲਿਆ ਕੋਵਲਚਕ ਕੀ ਕਰੂਗਾ ਉਹ ਗੋਲ ਕਰੂਗਾ ਗੋਲ ਕਰਨ ਵਾਲਾ ਹਥਿਆਰ ਹੈਗਾ ਦੇਖੋ 5 ਹੋਲ ਵਾਲੀ ਲੰਬੀ ਜਗ੍ਹਾ ਤੇ ਫਲਰੀ ਲੈ ਕੋਈ ਮੌਕਾ ਨਹੀਂ ਤਾਂ ਜਿੱਤਵਾ ਗੋਲ ਕਿਹਨੇ ਲੱਭਿਆ ਕਿਆ ਬਾਤ ਥਾਮਸ ਟਟਾਰ ਜਿੱਤ ਗਏ ਜੀ ਮੌਂਟਰੀਅਲ ਕੈਨੇਡੀਅਨਸ